ਪੰਜਾਬ ਦੇ ਵਿੱਚ ਸੰਘਣੀ ਧੁੰਦ ਤੋਂ ਅਜੇ ਰਾਹਤ ਨਹੀਂ ਮਿਲੇਗੀ। ਧੁੰਦ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ। ਠੰਡ ਵਧਣ ਅਤੇ ਧੁੰਦ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਠੰਡ ਅਤੇ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਕਰ ਦਿੱਤੀ ਹੈ। ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ, ਜਿਸਦੇ ਚੱਲਦੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਚੱਲਣੀ ਪੈ ਰਹੀ ਹੈ। ਵਾਹਨਾਂ ਦੀ ਰਫ਼ਤਾਰ ਮੱਠੀ ਹੈ। ਆਪਣੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕ ਦੇਰੀ ਦੇ ਨਾਲ ਪਹੁੰਚ ਰਹੇ ਨੇ। ਠੰਡ ਵਧਣ ਅਤੇ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ। ਅਗਾਊਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਹੋਰ ਵੀ ਠੰਡਾ ਹੋ ਸਕਦਾ ਹੈ, ਧੁੰਦ ਵੱਧ ਸਕਦੀ ਹੈ। ਪੰਜਾਬ, ਦਿੱਲੀ ਅਤੇ ਰਾਜਸਥਾਨ ਸਣੇ 14 ਸਟੇਟਸ ਦੇ ਵਿੱਚ ਰੈੱਡ ਅਲਰਟ ਮੌਸਮ ਨੂੰ ਲੈ ਕੇ ਜਾਰੀ ਕੀਤਾ ਗਿਆ। ਪੰਜਾਬ ਦੇ ਵਿੱਚ ਵੀ ਧੁੰਦ ਦੇ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ, ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਲੋਕ ਪਰੇਸ਼ਾਨ ਹੋ ਰਹੇ ਨੇ। ਹਾਲਾਂਕਿ ਬੀਤੇ ਕੱਲ੍ਹ ਦੁਪਹਿਰ ਤੋਂ ਬਾਅਦ ਧੁੱਪ ਹੈ ਜਿਹੜੀ ਖਿੜ ਗਈ ਸੀ, ਪਰ ਅੱਜ ਧੁੱਪ ਨਿਕਲਣ ਦੇ ਆਸਾਰ ਘੱਟ ਹੀ ਜਾਪ ਰਹੇ ਨੇ, ਅਜਿਹਾ ਮੌਸਮ ਵਿਭਾਗ ਦੇ ਵੱਲੋਂ ਅੰਦੇਸ਼ਾ ਲਗਾਇਆ ਗਿਆ। ਠੰਡ ਅਤੇ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ। ਸੜਕਾਂ 'ਤੇ ਆਵਾਜਾਈ ਜਿਹੜੀ ਹੈ ਪ੍ਰਭਾਵਿਤ ਹੋ ਰਹੀ ਹੈ। ਰੋਜ਼ਮਰ੍ਹਾ ਦੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ। ਲੋਕ ਆਪਣੀਆਂ ਗੱਡੀਆਂ ਦੀਆਂ ਲਾਈਟਸ ਜਗਾ ਕੇ ਆਪਣੀਆਂ ਡੈਸਟੀਨੇਸ਼ਨਸ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਕਈ ਟ੍ਰੇਨਾਂ ਆਪਣੇ ਨਿਸ਼ਚਿਤ ਸਮੇਂ ਤੋਂ ਦੇਰੀ ਦੇ ਨਾਲ ਚੱਲ ਰਹੀਆਂ ਨੇ, ਜਿਸਦੇ ਚੱਲਦੇ ਰੇਲ ਯਾਤਰੀ ਵੀ ਪਰੇਸ਼ਾਨ ਹੋ ਰਹੇ ਨੇ। ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ। ਤਾਂ ਸਾਡੇ ਵੱਖ ਵੱਖ ਥਾਵਾਂ ਤੋਂ ਸਹਿਯੋਗੀ ਸਾਡੇ ਨਾਲ ਜੁੜਨਗੇ। ਫਿਰੋਜ਼ਪੁਰ ਤੋਂ ਰਾਜੇਸ਼ ਕਟਾਰੀਆ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਅਨੰਦਪੁਰ ਸਾਹਿਬ ਤੋਂ ਬਿਮਲ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਰੁੱਖ ਕਰ ਲੈਂਦੇ ਹਾਂ, ਤਾਂ ਸਭ ਤੋਂ ਪਹਿਲਾਂ ਰਾਜੇਸ਼ ਕਟਾਰੀਆ ਦਾ ਰੁੱਖ ਕਰ ਲੈਂਦੇ ਹਾਂ। ਫਿਰੋਜ਼ਪੁਰ ਦਾ ਸੂਰਤ ਹਾਲ ਜਾਣਾਂਗੇ ਕਿ ਇਸ ਵਕਤ ਮੌਸਮ ਦੇ ਮਿਜਾਜ਼ ਫਿਰੋਜ਼ਪੁਰ ਦੇ ਵਿੱਚ ਕੀ ਨੇ। ਭਰਤ ਵੀ ਸਾਡੇ ਨਾਲ ਲੁਧਿਆਣਾ ਤੋਂ ਜੁੜ ਚੁੱਕੇ ਨੇ, ਪਰ ਉਸ ਤੋਂ ਪਹਿਲਾਂ ਗੱਲਬਾਤ ਆ ਜਿਹੜੀ ਰਾਜੇਸ਼ ਕਟਾਰੀਆ ਦੇ ਨਾਲ ਕਰਾਂਗੇ। ਰਾਜੇਸ਼ ਜੀ, ਫਿਰੋਜ਼ਪੁਰ ਦੇ ਵਿੱਚ ਕੀ ਹਾਲ ਨੇ, ਮੌਸਮ ਦੇ ਕੀ ਮਿਜਾਜ਼ ਨੇ? ਜੀ ਜਸਮੀਤ, ਜੇ ਗੱਲ ਕਰੀਏ ਤੇ ਮੌਸਮ ਦੇ ਹਾਲ ਤਾਂ ਬੇਹਾਲ ਨੇ। ਰਾਤ ਦੇਰ ਤਾਂ ਰਾਤ ਤਾਂ ਜਿਹੜੀ ਹੈ ਸੰਘਣੀ ਧੁੰਦ ਹੈਗੀ ਸੀ, ਲੇਕਿਨ ਇਸ ਟਾਈਮ ਦੀ ਤਸਵੀਰ ਦਿਖਾਵਾਂ ਤੇ ਮੌਸਮ ਬਿਲਕੁਲ ਸਾਫ਼ ਹੋ ਚੁੱਕਾ ਹੈ। 7 ਵਜੇ ਦਾ ਟਾਈਮ ਹੈ, ਲੇਕਿਨ ਇਸ ਟਾਈਮ ਜਿਹੜੀ ਹੈ ਵਿਜੀਬਿਲਟੀ ਕਲੀਅਰ ਹੈ। ਰਾਤੀ ਦੇਰ ਰਾਤ ਤੱਕ ਡੈਂਸ ਫੌਗ ਸੀਗੀ, ਸੰਘਣੀ ਧੁੰਦ ਸੀਗੀ, ਕੁਛ ਵੀ ਨਜ਼ਰ ਨਹੀਂ ਆ ਰਿਹਾ ਸੀ, ਯਾਨੀ ਕਿ ਵਿਜੀਬਿਲਟੀ 10 ਮੀਟਰ ਤੋਂ ਵੀ ਘੱਟ ਸੀ। ਲੇਕਿਨ ਜਿਵੇਂ ਜਿਵੇਂ ਦਿਨ ਚੜ੍ਹਦਾ ਜਾ ਰਿਹਾ ਹੈ ਮੌਸਮ ਸਾਫ਼ ਹੈ, ਲੇਕਿਨ ਟੈਂਪਰੇਚਰ ਬਹੁਤ ਡਾਊਨ ਹੈ। ਟੈਂਪਰੇਚਰ ਜਿਹੜਾ ਹੈਗਾ ਇਸ ਟਾਈਮ 4 ਤੋਂ 5 ਡਿਗਰੀ ਰਾਤ ਦਾ ਰਿਹਾ ਇੱਥੇ, ਲੇਕਿਨ ਹੁਣ ਜਿਹੜੀ ਹੈ ਵਿਜੀਬਿਲਟੀ ਸਾਫ਼ ਨਜ਼ਰ ਆ ਰਹੀ ਹੈ। ਦੇਖੀ ਜਾਏ ਤਾਂ ਰਾਤੀ ਡੈਂਸ ਫੌਗ ਸੀਗੀ, ਲੱਗਦਾ ਸੀ ਕਿ ਸਵੇਰ ਵੀ ਜਿਹੜਾ ਇਹ ਹੋ ਜਾਏਗਾ ਕੱਲ੍ਹ, ਹਾਲਾਂਕਿ ਧੁੱਪ ਨਿਕਲੀ ਸੀ, ਲੇਕਿਨ ਜਿਹੜੀ ਹੱਡ ਚੀਰ ਵੀ ਠੰਡ ਜਿਹੜੀ ਹੈ ਟੈਂਪਰੇਚਰ ਦੇ ਵਿੱਚ ਜ਼ਰੂਰ ਗਿਰਾਵਟ ਆਈ ਹੈ। ਲੇਕਿਨ ਫੌਗ ਜਿਹੜੀ ਇਸ ਟਾਈਮ ਬਿਲਕੁਲ ਹੈ ਨਹੀਂ ਗਈ, ਇਸ ਟਾਈਮ ਸਾਫ਼ ਹੈਗਾ ਮੌਸਮ। ਹਾਈਵੇਜ਼ ਦੇ ਉੱਪਰ ਸ਼ਾਇਦ ਫੌਗ ਹੋਵੇ, ਲੇਕਿਨ ਜਿਹੜੇ ਆਪਾਂ ਕਹਿੰਦੇ ਰੈਜੀਡੈਂਸ਼ੀਅਲ ਏਰੀਆਜ਼ ਦੀ ਕਰੀਏ, ਸ਼ਹਿਰੀ ਇਲਾਕਿਆਂ ਦੀ ਕਰੀਏ, ਹਾਲਾਂਕਿ ਜਿੱਥੇ ਮੈਂ ਖੜਾ ਉਹ ਸ਼ਹਿਰ ਤੋਂ ਬਾਹਰੀ ਕਲੋਨੀਆਂ ਹੈਗੀਆਂ ਨੇ, ਉੱਥੇ ਵੀ ਜਿਹੜੀ ਹੈ ਫੌਗ ਜਿਵੇਂ ਹਾਈਵੇਜ਼ 'ਤੇ ਹੁੰਦੀ ਹੈ ਉਵੇਂ ਨਜ਼ਰ ਆਉਂਦੀ, ਲੇਕਿਨ ਇਸ ਟਾਈਮ ਜਿਹੜਾ ਹੈ ਮੌਸਮ ਸਾਫ਼ ਹੈਗਾ। ਲੇਕਿਨ ਟੈਂਪਰੇਚਰ ਦੇ ਵਿੱਚ ਕਾਫ਼ੀ ਗਿਰਾਵਟ ਹੈ, ਜਿਹੜੀ ਠੰਡ ਹੈ, ਹਵਾ ਜਿਹੜੀ ਹੈ ਤੇਜ਼ ਚੱਲ ਰਹੀ ਹੈ, ਲੇਕਿਨ ਉਹ ਜਿਹੜੀ ਹੈ ਲੋਕਾਂ ਨੂੰ ਉਸਦਾ ਜ਼ਰੂਰ ਅਹਿਸਾਸ ਹੋ ਰਿਹਾ। ਕੋਈ ਵੀ ਲੋਕ ਜਿਹੜੇ ਹੈ ਇਸ ਟਾਈਮ ਬਾਹਰ ਨਹੀਂ ਨਿਕਲਦੇ, ਜਿਹੜੇ ਈਵਨ ਦੈਨ ਮੋਰਨਿੰਗ ਵਾਕਰਸ ਹੁੰਦੇ ਮੋਰਨਿੰਗ ਵਾਕ ਕਰਦੇ ਨੇ, ਉਹ ਵੀ ਜਿਹੜੇ ਹੈ ਇਸ ਠੰਡ ਦੇ ਵਿੱਚ ਬਾਹਰ ਨਹੀਂ ਨਿਕਲ ਰਹੇ, ਕਿਉਂਕਿ ਠੰਡ ਬਹੁਤ ਜ਼ਿਆਦਾ ਹੈਗੀ ਹੈ। ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਹੈਗਾ ਉਹੀ ਬਾਹਰ ਨਿਕਲ ਰਿਹਾ। ਰਾਜੇਸ਼ ਤੁਸੀਂ ਬਣੇ ਰਹੋ ਸਾਡੇ ਨਾਲ, ਵਿਮਲ ਵੀ ਅਨੰਦਪੁਰ ਸਾਹਿਬ ਤੋਂ ਜੁੜੇ ਹੋਏ ਨੇ, ਵਿਮਲ ਦਾ ਵੀ ਰੁਕ ਕਰ ਲੈਣੇ ਅਨੰਦਪੁਰ ਸਾਹਿਬ ਦਾ ਵੀ ਸੂਤੇ ਹਾਲ ਜਾਣ ਲਈ। ਵਿਮਲ, ਇਸ ਵਕਤ ਅਨੰਦਪੁਰ ਸਾਹਿਬ ਦੇ ਵਿੱਚ ਵਿਜ਼ੀਬਿਲਟੀ ਕਿੰਨੀ ਹੈ,
ਧੁੰਦ ਕਿੰਨਾ ਕੁ ਅਸਰ ਵਿਖਾ ਰਹੀ ਆ, ਕੀ ਕੁਝ ਮਿਜਾਜ਼ ਨੇ ਮੌਸਮ ਦੇ? ਜੀ ਜਸਮੀਤ, ਜਿਹੜਾ ਪੋਹ ਦਾ ਮਹੀਨਾ ਹੁੰਦਾ, ਖਾਸ ਕਰ ਦਸੰਬਰ ਮਹੀਨੇ ਦੇ ਵਿੱਚ ਜਿਹੜੀ ਠੰਡ ਹੈਗੀ ਹੈ ਇਹ ਵੀ ਲਗਾਤਾਰ ਵਧਦੀ ਜਾਂਦੀ ਹੈ। ਅਗਰ ਧੁੰਦ ਦੀ ਗੱਲ ਕਰ ਲਈ ਜਾਵੇ ਤਾਂ ਧੁੰਦ ਵੀ ਜਿਹੜੀ ਲਗਾਤਾਰ ਵਧਦੀ ਜਾਂਦੀ ਹੈ। ਚੰਡੀਗੜ੍ਹ ਉਹਨਾਂ ਹਾਈਵੇ ਤੇ ਇਸ ਵਕਤ ਖੜੇ ਆ ਅਸੀਂ, ਤੇ ਹਾਈਵੇ ਦੀਆਂ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੱਲ ਤੇ ਪਰਸੋਂ ਨਾਲੋਂ ਜਿਹੜੀ ਧੁੰਦ ਜਿਹੜੀ ਘਟੀ ਜ਼ਰੂਰ ਹੈਗੀ, ਮਗਰ ਠੰਡ ਦੇ ਵਿੱਚ ਕਿਤੇ ਨਾ ਕਿਤੇ ਇਜ਼ਾਫਾ ਜਿਹੜਾ ਜ਼ਰੂਰ ਹੋਇਆ ਹੈਗਾ। ਹੱਡ ਚੀਜ਼ ਦੀ ਜਿਹੜੀ ਠੰਡ ਹੈਗੀ ਆ ਇਹ ਜ਼ਰੂਰ ਪੈ ਰਹੀ ਹੈਗੀ ਆ, ਔਰ ਧੁੰਦ ਲਗਾਤਾਰ ਬੀਤੇ ਕੱਲ ਤੇ ਪਰਸੋਂ ਨਾਲੋਂ ਘਟੀ ਜ਼ਰੂਰ ਹੈਗੀ। ਵਿਜੀਬਿਲਿਟੀ ਜਿਹੜੀ ਆ ਅੱਗੇ ਨਾਲੋਂ ਜ਼ਰੂਰ ਜਿਹੜੀ ਆ ਦਿਖਣਾ, ਜਿਹੜਾ ਡੈਸਟੀਨੇਸ਼ਨ ਤੇ ਲੋਕ ਜਾ ਰਹੇ ਨੇ ਹਲੇ ਵੀ ਲਾਈਟਾਂ ਜਗਾ ਕੇ ਜਾ ਰਹੇ ਨੇ, ਕਿਉਂਕਿ ਧੁੰਦ ਜਿਹੜੀ ਹੈਗੀ ਕਿਤੇ ਨਾ ਕਿਤੇ ਰਿਹਾਇਸ਼ੀ ਇਲਾਕਿਆਂ ਤੋਂ ਨਿਕਲ ਕੇ, ਜਿਹੜੇ ਅਗਰ ਆਪਾਂ ਹਾਈਵੇ ਦੀ ਗੱਲ ਕਰੀਏ ਤਾਂ ਹਾਈਵੇ ਦੇ ਉੱਤੇ ਧੁੰਦ ਜਿਹੜੀ ਆ ਸਾਫ਼ ਦੇਖੀ ਜਾ ਸਕਦੀ ਆ। ਔਰ ਠੰਡ ਦੇ ਨਾਲ ਨਾਲ ਜਿਹੜੀ ਠੰਡ ਹੈਗੀ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈਗੀ। ਲੋਕ ਜਿਹੜੇ ਖਾਸ ਤੌਰ ਤੇ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕ ਨੇ ਆਪਣੇ ਸਿਰ ਮੂੰਹ ਢੱਕ ਕੇ ਬੜੇ ਤਰੀਕੇ ਦੇ ਨਾਲ, ਯਾਨੀ ਕਿ ਠੰਡ ਜਿਹੜੀ ਹੈਗੀ ਆ ਉਹਨਾਂ ਦੇ ਨੁਕਸਾਨ ਆ ਜਾਵੇ, ਕਿਉਂਕਿ ਸਰਦੀਆਂ ਦੇ ਵਿੱਚ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਖੰਘ ਜ਼ੁਕਾਮ ਜਿਹੜੀ ਇਹੋ ਜਿਹੀਆਂ ਬਿਮਾਰੀਆਂ ਵੀ ਜਿਹੜੀਆਂ ਨਾਲ ਦੀ ਨਾਲ ਵਧੀਆ ਜਾਂਦੀਆਂ ਨੇ, ਜਿਹਦੇ ਕਰਕੇ ਲੋਕ ਇਹ ਤੋਂ ਬਚਾਵ ਕਰਦੇ ਵੀ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਟ੍ਰੈਫਿਕ ਤੇ ਵੀ ਅਸਰ ਪੈ ਰਿਹਾ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਵੀ ਰੇਲਾਂ ਪ੍ਰਭਾਵਿਤ ਹੋ ਰਹੀਆਂ ਨੇ, ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਸਭ ਤੋਂ? ਜੀ ਰੇਲਾਂ ਦੀ ਗੱਲ ਕਰ ਲਈ ਤੇ ਰੇਲਾਂ ਵੀ ਜਿਹੜੀਆਂ 20 ਤੋਂ 25 ਮਿੰਟ ਤਕਰੀਬਨ ਜਿਹੜੀ ਵੀ ਰੇਲ ਹੈਗੀ ਆ ਰਹੀ ਹੈਗੀ ਤਾਂ 20 ਤੋਂ 25 ਮਿੰਟ ਡੈਸਟੀਨੇਸ਼ਨ ਤੇ ਪਹੁੰਚਣ ਲਈ ਲੇਟ ਜ਼ਰੂਰ ਹੈਗੀ ਆ। ਮਗਰ ਜ਼ਿਆਦਾ ਜਿਹੜਾ ਅਗਰ ਧੁੰਦ ਦੀ ਗੱਲ ਕਰ ਲਈ ਜਾਵੇ, ਧੁੰਦ ਨੇ ਜਿੱਥੇ ਬੱਸਾਂ ਦੀ ਰਫ਼ਤਾਰ ਜਿਹੜੀ ਗੱਲ ਕਰ ਲਈ ਜਾਵੇ, ਬੱਸਾਂ ਵੀ ਜਿਹੜੀਆਂ ਆਪਣੇ ਸਮੇਂ ਤੋਂ ਥੋੜੀ ਅੱਗੇ ਪਿੱਛੇ ਜ਼ਰੂਰ ਚੱਲ ਰਹੀਆਂ ਨੇ, ਟ੍ਰੇਨਾਂ ਚੱਲ ਰਹੀਆਂ ਨੇ। ਇਸੇ ਤਰੀਕੇ ਏਅਰਪੋਰਟ ਦੀ ਗੱਲ ਕਰ ਲਈ ਜਾਵੇ ਤਾਂ ਹਵਾਈ ਜਹਾਜ਼ ਵੀ ਜਿਹੜੇ ਹੈਗੇ ਆ ਦੇਖਿਆ ਗਿਆ ਕਿ ਉਹ ਵੀ ਆਪਣੇ ਸਮੇਂ ਤੋਂ ਜਿਹੜੇ ਆ ਲੇਟ ਚੱਲਦੇ ਹੈਗੇ ਆ। ਜੀ ਜੀ ਠੀਕ ਹੈ। ਸਾਡੇ ਨਾਲ ਰਾਜੇਸ਼ ਫਿਰੋਜ਼ਪੁਰ ਤੋਂ ਜੁੜੇ ਨੇ। ਰਾਜੇਸ਼ ਜੀ, ਕੀ ਫਿਰੋਜ਼ਪੁਰ ਦੇ ਵਿੱਚ ਵੀ ਰੇਲ ਆਵਾਜਾਈ ਤੇ ਪ੍ਰਭਾਵਿਤ ਪੈ ਰਿਹਾ, ਸੜਕੀ ਆਵਾਜਾਈ ਦੀ ਰਫ਼ਤਾਰ ਮੱਠੀ ਹੈ? ਬਿਲਕੁਲ ਬਿਲਕੁਲ, ਟ੍ਰੇਨ ਜਿਹੜੀ ਹੈ 10-10 ਘੰਟੇ ਦੀ, ਜਿਹੜੀ ਲੰਬੀ ਦੂਰੀ ਦੀ ਟ੍ਰੇਨ ਹੈਗੀ 10-10 ਘੰਟੇ ਦੀਆਂ ਦੇਰੀ ਨਾਲ ਆ ਰਹੀ ਹੈ। ਜੇ ਕੀਤੀ ਜਾਵੇ ਪੰਜਾਬ ਮੇਲ ਦੀ ਗੱਲ, ਜਿਹੜੀ ਕਿ ਫਿਰੋਜ਼ਪੁਰ ਤੋਂ ਮੁੰਬਈ ਜਾਂਦੀ ਹੈ, ਮੁੰਬਈ ਤੋਂ ਫਿਰੋਜ਼ਪੁਰ ਆਉਂਦੀ ਹੈ, ਉਹ ਜਿਹੜੀ ਹੈ ਕੱਲ ਜਿੰਦਾ ਆਉਣ ਦਾ ਟਾਈਮ ਚੋਰੇ 5:30 ਦਾ, 5:10 ਦਾ ਹੁੰਦਾ, ਉਹ ਕੱਲ ਜਿਹੜੀ ਹੈ 2 ਵਜੇ ਤੋਂ ਬਾਅਦ ਪਹੁੰਚੀ ਹੈ। ਸਾਰੀਆਂ ਟ੍ਰੇਨ ਜਿਹੜੀਆਂ ਲੰਬੀ ਦੂਰੀ ਦੀਆਂ ਟ੍ਰੇਨ ਹੈਗੀਆਂ ਸਾਰੀਆਂ 8 ਤੋਂ 10-10 ਘੰਟੇ ਲੇਟ ਚੱਲ ਰਹੀ ਹੈ। ਜੇ ਬਾਈ ਰੋਡ ਦੀ ਗੱਲ ਕੀਤੀ ਜਾਵੇ ਤੇ ਧੁੰਦ ਦੀ ਰਫ਼ਤਾਰ ਕਰਕੇ ਜਿਹੜੀ ਹੈ ਬੱਸਾਂ ਵੀ ਚਾਹੇ ਟ੍ਰੈਫਿਕ ਹੈ ਕੁਛ ਵੀ ਹੈ, ਹਰ ਇੱਕ ਕੁਛ ਸਭ ਕੁਛ ਜਿਹੜਾ ਹੈ ਸਲੋ ਹੋ ਚੁੱਕਾ ਹੋਇਆ ਹੈ। ਟ੍ਰੇਨ ਜਿਹੜੀ ਹੈ 10-10 ਘੰਟੇ ਲੇਟ ਹੈ, ਬੱਸਾਂ ਜਿਹੜੀਆਂ 2-2.5 ਘੰਟੇ ਬਾਅਦ ਪਹੁੰਚੀ ਕਿਉਂਕਿ ਧੁੰਦ ਕਰਕੇ। ਲੇਕਿਨ ਅੱਜ ਜੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤੇ ਫਿਲਹਾਲ ਜਿਹੜਾ ਜਿਸ ਤਰ੍ਹਾਂ ਮੌਸਮ ਹੈਗਾ ਉਸ ਤੋਂ ਮੈਨੂੰ ਧੁੰਦ ਤੋਂ ਰਾਹਤ ਦਿਖਾਈ ਦੇ ਰਹੀ। ਤਸਵੀਰ 'ਚ ਦਿਖਾਊਂਗਾ ਪਿੱਛੇ ਕਿ ਵਿਜੀਬਿਲਿਟੀ ਜਿਹੜੀ 10 ਮੀਟਰ ਵੀ ਹੈ ਨਹੀਂ ਸੀ ਰਾਤ ਨੂੰ, ਇਸ ਟਾਈਮ 50 ਮੀਟਰ ਤੋਂ ਵੱਧ ਦੀ ਵਿਜੀਬਿਲਿਟੀ ਇੱਥੇ ਨਜ਼ਰ ਆ ਰਹੀ, ਕਿਉਂਕਿ ਇਹ ਇਲਾਕਾ ਇਹ ਵੀ ਬਾਹਰੀ ਹੈ। ਜੇ ਧੁੰਦ ਹੁੰਦੀ ਹੈ ਤੇ ਇੱਥੇ ਵੀ ਸਭ ਤੋਂ ਪਹਿਲਾਂ ਜੇ ਹਾਈਵੇਜ਼ ਤੇ ਹੁੰਦੀ ਹੈ, ਸੜਕਾਂ ਤੇ ਹੁੰਦੀ ਤੇ ਇੱਥੇ ਵੀ ਹੁੰਦੀ, ਕਿਉਂਕਿ ਸ਼ਹਿਰ ਦਾ ਬਾਹਰੀ ਇਲਾਕਾ ਹੈਗਾ ਤੇ ਜਿਹੜਾ ਸ਼ਹਿਰ ਤੋਂ ਬਾਹਰ ਜਿਹੜਾ ਡੈਂਸ ਫੋਗ ਜਦੋਂ ਨਜ਼ਰ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਇੱਥੇ ਵੀ ਹਾਈਵੇਜ਼ ਦੇ ਨਾਲ ਨਾਲ ਸੜਕਾਂ ਦੇ ਨਾਲ ਨਾਲ ਇਸ ਇਲਾਕੇ 'ਚ ਵੀ ਨਜ਼ਰ ਆਉਂਦੀ ਹੈ। ਔਰ ਸ਼ਹਿਰ ਹਾਲਾਂਕਿ ਘਣੀ ਆਬਾਦੀ ਹੁੰਦੀ ਹੈ, ਇਹ ਬਾਹਰ ਦੀਆਂ ਨਵੀਆਂ ਕਾਲੋਨੀਜ਼ ਹੈਗੀਆਂ ਨੇ, ਨਾਲ ਖੇਤ ਲੱਗਦੇ ਆ, ਔਰ ਜਦੋਂ ਫੋਗ ਹੁੰਦੀ ਤੇ ਇਹਨਾਂ ਇਲਾਕੇ 'ਚ ਵੀ ਨਜ਼ਰ ਆਉਂਦੀ। ਲੇਕਿਨ ਫਿਲਹਾਲ ਜਿਹੜੀ ਹੈ ਰਾਤ 12-12:30 ਤੱਕ ਮੈਂ ਦੇਖਿਆ ਸੀਗਾ ਕਿ ਬਹੁਤ ਡੈਂਸ ਫੋਗ ਸੀਗੀ, ਉਸ ਤੋਂ ਬਾਅਦ ਜਿਹੜਾ ਹੁਣ ਸਵੇਰੇ ਉੱਠ ਕੇ ਬਾਹਰ ਨਿਕਲੇ ਆ ਆਪਣਾ ਲਾਈਵ ਦੇਣ ਵਾਸਤੇ ਤੇ ਦੇਖਿਆ ਕਿ ਬਿਲਕੁਲ ਮੌਸਮ ਜਿਹੜਾ ਇੱਥੇ ਸਾਫ਼ ਹੋ ਚੁੱਕਾ ਹੈ। ਲੇਕਿਨ ਠੰਡ ਇੰਨੀ ਕੁ ਹੈ ਕਿ ਲੋਕ ਜਿਹੜੇ ਹੈ ਬਾਹਰ ਨਿਕਲਣਾ ਪਸੰਦ ਨਹੀਂ ਕਰਨਗੇ। ਔਰ ਅੱਜ ਕੱਲ ਰਾਤ ਬੱਚਿਆਂ ਨੂੰ ਵੀ ਇਹੀ ਖਾਸ ਕਰਕੇ ਹੈਗੀ ਕਿਉਂਕਿ ਸਕੂਲਾਂ ਦੀ ਛੁੱਟੀਆਂ ਚੱਲ ਰਹੀਆਂ ਨੇ ਔਰ ਬੱਚੇ ਰਾਜੇਸ਼ ਕੋਲਡ ਵੇਵ ਚੱਲ ਰਹੀ ਹੈ, ਕੀ ਕੋਲਡ ਵੇਵ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਹੈ?
ਬਿਲਕੁਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਇਹੀ ਜਾਰੀ ਕੀਤੀ ਜਾਂਦੀ ਹੈ ਕਿ ਬਿਨਾਂ ਜ਼ਰੂਰਤ ਤੋਂ ਤੁਸੀਂ ਕੋਈ ਸਫ਼ਰ ਕਰਨਾ, ਬਹੁਤ ਐਮਰਜੈਂਸੀ ਹੈ ਤਾਂ ਸਫ਼ਰ ਕਰੋ। ਆਪਣੇ ਵਾਹਨਾਂ ਦੀਆਂ ਲਾਈਟਸ ਜਿਹੜੀਆਂ, ਖਾਸ ਕਰਕੇ ਟੇਲ ਲਾਈਟਸ, ਹੈੱਡ ਲਾਈਟਸ, ਔਰ ਉਸ ਤੋਂ ਇਲਾਵਾ ਜਿਹੜੇ ਹੈ ਤੁਸੀਂ ਉਹਨਾਂ ਦੇ ਉੱਪਰ ਸਟਿੱਕਰਸ ਲਗਾਓ, ਔਰ ਜਿਹੜੇ ਵੀ ਟਰੈਕਟਰ ਟਰਾਲੀਆਂ ਚੱਲਦੀਆਂ ਉਹਨਾਂ 'ਤੇ ਸਾਰਿਆਂ 'ਤੇ ਰੇਡੀਅਮ ਟੇਪ ਲੱਗੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਤੁਸੀਂ ਬਾਹਰ ਨਿਕਲ ਸਕਦੇ ਹੋ। ਲੇਕਿਨ ਲੋਕ ਜਿਹੜੇ ਹੈ ਇਸ ਗੱਲ ਦੀ ਐਡਵਾਈਜ਼ ਮੰਨ ਵੀ ਰਹੇ ਨੇ, ਔਰ ਲੋਕ ਜਿਹੜੇ ਹੈ ਅੱਜਕੱਲ ਤੋਂ ਬਚਾਅ ਵੀ ਕਰ ਰਹੇ ਨੇ ਕਿ ਜਿਹੜਾ ਹੈ ਇਹ ਸਫ਼ਰ ਜਿਹੜਾ ਧਿਆਨ ਨਾਲ ਕੀਤਾ ਜਾਵੇ। ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਹੈਗਾ ਉਹੀ ਬਾਹਰ ਨਿਕਲ ਸਕਦੇ, ਅਦਰਵਾਈਜ਼ ਨਾ ਹੀ ਨਿਕਲੋ। ਔਰ ਲੋਕ ਆਪਣਾ ਇਸ ਗੱਲ ਨੂੰ ਮੰਨਦੇ ਹੋਏ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਹੈ ਉਹੀ ਬਾਹਰ ਨਿਕਲ ਰਹੇ, ਅਦਰਵਾਈਜ਼ ਬਾਹਰ ਨਹੀਂ ਕਰਦੇ। ਠੀਕ ਹੈ ਰਾਜੇਸ਼, ਵਿਮਲ ਸਾਡੇ ਨਾਲ ਜੁੜੇ ਨੇ। ਵਿਮਲ, ਕੀ ਅਨੰਦਪੁਰ ਸਾਹਿਬ ਪ੍ਰਸ਼ਾਸਨ ਦੇ ਵੱਲੋਂ ਕੋਲਡ ਵੇਵ ਦੇ ਚੱਲਦਿਆਂ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਔਰ ਕੀ ਇਹ ਜਾਣਕਾਰੀ ਹੈ ਕਿ ਗਾਉਂ ਕਿੰਨੇ ਦਿਨ ਮੌਸਮ ਇੰਝ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ? ਜੀ, ਅਗਰ ਮੌਸਮ ਦੀ ਗੱਲ ਕਰ ਲਈ ਜਾਵੇ ਤਾਂ ਮੌਸਮ ਵਿਭਾਗ ਦੇ ਅਨੁਸਾਰ ਜਸਮੀਤ ਲਗਾਤਾਰ 3 ਤੋਂ 4 ਦਿਨ ਹੋਰ ਇਸੇ ਤਰ੍ਹਾਂ ਜਿਹੜੀ ਸੰਘਣੀ ਧੁੰਦ ਹੈ ਉਹ ਪਏਗੀ, ਔਰ ਜਿਹਦੇ ਨਾਲ ਯਾਤਾਯਾਤ ਤੇ ਵੀ ਅਸਰ ਪਏਗਾ, ਕਿਉਂਕਿ ਸਕੂਲਾਂ ਦੇ ਵਿੱਚ ਜ਼ਰੂਰ ਛੁੱਟੀਆਂ ਨੇ, ਬੱਚਿਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਜ਼ਰੂਰ ਮਿਲੀ ਹੈ, ਮਗਰ ਕੰਮ ਕਾਰ ਤੇ ਜਾਣ ਵਾਲੇ ਜਿਹੜੇ ਲੋਕ ਨੇ ਉਹ ਜ਼ਰੂਰ ਪਰੇਸ਼ਾਨ ਇਸ ਧੁੰਦ ਦੇ ਕਾਰਨ ਨਜ਼ਰ ਆ ਰਹੇ ਨੇ। ਦਫ਼ਤਰਾਂ ਵਿੱਚ ਵੀ ਕਿਤੇ ਨਾ ਕਿਤੇ ਜ਼ਰੂਰ ਲੇਟ ਪਹੁੰਚ ਰਹੇ ਹੋਣਗੇ, ਕਿਉਂਕਿ ਧੁੰਦ ਜਿਸ ਤਰੀਕੇ ਨਾਲ ਵੱਧ ਰਹੀ ਹੈਗੀ ਆ, ਉਸ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਵੀ ਆਪਣੇ ਵਾਹਨਾਂ ਤੇ ਹੌਲੀ ਗਤੀ ਨਾਲ ਜਾਂਦੇ ਹੋਏ ਨਜ਼ਰ ਆ ਰਹੇ। ਅਗਰ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਕਿਰ ਨਾਲ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ, ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਆਪਣੇ ਵਾਹਨ ਜਿਹੜੇ ਆ ਹੌਲੀ ਗਤੀ ਨਾਲ ਚਲਾਓ, ਔਰ ਖਾਸ ਤੌਰ ਤੇ ਰਿਫਲੈਕਟਰ ਲਾਉਣ ਦੀ ਵੀ ਜਿਹੜੀ ਹੈ ਗੱਡੀਆਂ ਤੇ ਗੱਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕਿ ਰਿਫਲੈਕਟਰ ਲਾਏ ਜਾਣ ਤਾਂ ਜੋ ਧੁੰਦ ਦੇ ਵਿੱਚ ਵਾਹਨ ਜਿਹੜੇ ਆ ਦੂਰੋਂ ਨਜ਼ਰ ਆ ਜਾਣ, ਤੇ ਬੱਚਿਆਂ ਲਈ ਵੀ ਐਡਵਾਈਜ਼ ਜਾਰੀ ਕੀਤੀ ਗਈ ਕਿ ਬੱਚਿਆਂ ਨੂੰ ਵੀ ਖਾਸ ਤੌਰ ਤੇ ਬਚਾਇਆ ਜਾਵੇ ਇਸ ਠੰਡ ਤੋਂ, ਕਿਉਂਕਿ ਇਸ ਠੰਡ ਦੇ ਕਾਰਨ ਬਿਮਾਰੀਆਂ ਵੀ ਕਿਤੇ ਨਾ ਕਿਤੇ ਜ਼ਰੂਰ ਵੱਧਦੀਆਂ ਜਾਂਦੀਆਂ ਨੇ। ਜੀ ਠੀਕ ਹੈ ਵਿਮਲ, ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਓ ਕਿ ਇਸ ਵਕਤ ਸੂਰਤੇ ਹਾਲ ਕੀ ਹੈ, ਤਸਵੀਰਾਂ ਜ਼ਰੂਰ ਦੇਖਣੀਆਂ ਚਾਹਾਂਗੇ। ਜੀ ਬਿਲਕੁਲ, ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਚੰਡੀਗੜ੍ਹ ਉਨਾ ਹਾਈਵੇ ਦੀਆਂ ਤਸਵੀਰਾਂ ਨੇ, ਦੇਖ ਸਕਦੇ ਹੋ ਕਿ ਵਾਹਨ ਜਿਹੜੇ ਆ ਲਾਈਟਾਂ ਜਲਾਉਂਦੇ ਹੋਏ ਜ਼ਰੂਰ ਨਜ਼ਰ ਆ ਰਿਹਾ, ਕਿਉਂਕਿ ਜ਼ਰੂਰੀ ਨਹੀਂ ਕਿ ਇੱਕ ਜਗ੍ਹਾ ਤੇ ਧੁੰਦ ਪਈ ਹੋਵੇ। ਅਗਰ ਅਸੀਂ ਇਸ ਤਰੀਕੇ ਤੋਂ ਬੱਸ ਸਟੈਂਡ ਦੇ ਵੱਲ ਜਾਈਏ ਜਾਂ ਅਗਰ ਪਿੰਡਾਂ ਵੱਲ ਨੂੰ ਹੋਈਏ ਤਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਨੂੰ ਜਿਹੜਾ ਪਾਣੀ ਵੀ ਜਿਹੜਾ ਦਿੱਤਾ ਹੁੰਦਾ ਉਹਦੇ ਕਰਕੇ ਵੀ ਜਿਹੜੀ ਧੁੰਦ ਜਿਹੜੀ ਹੈ ਕਾਫੀ ਵੱਧ ਜਾਂਦੀ ਹੈਗੀ ਹੈ। ਔਰ ਇਹ ਹਾਈਵੇ ਦੀਆਂ ਤਸਵੀਰਾਂ ਨੇ ਚੰਡੀਗੜ੍ਹ ਉਨਾ ਹਾਈਵੇ ਦੀਆਂ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਧੁੰਦ ਜਿਹੜੀ ਹੈ ਜ਼ਰੂਰ ਪਈ ਹੋਈ ਹੈ, ਮਗਰ ਘੱਟ ਤਾਦਾਦ ਦੇ ਵਿੱਚ, ਘੱਟ ਮਾਤਰਾ ਦੇ ਵਿੱਚ ਜ਼ਰੂਰ ਹੈਗੀ ਹੈ, ਕਿਉਂਕਿ ਜਿਹੜੇ ਬੀਤੇ ਕੱਲ੍ਹ ਪਰਸੋਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ੍ਹ ਪਰਸੋਂ ਜਿਹੜੀ ਹੈਗੀ ਹੈ ਧੁੰਦ ਕਾਫੀ ਪਈ ਹੋਈ ਸੀਗੀ, ਮਗਰ ਜਿਸ ਤਰੀਕੇ ਨਾਲ ਦਿਨ ਚੱਲ ਰਿਹਾ ਹੈਗਾ ਧੁੰਦ ਵੀ ਕਿਤੇ ਨਾ ਕਿਤੇ ਵੱਧਦੀ ਹੋਈ ਜਿਹੜੀ ਹੈ ਹੁਣ ਹੋਰ ਨਜ਼ਰ ਆ ਰਹੀ ਹੈਗੀ ਹੈ। ਜਿਸ ਤਰੀਕੇ ਨਾਲ ਰਾਤ ਦੇ ਸਮੇਂ ਧੁੰਦ ਸੀਗੀ, ਜ਼ਰੂਰ ਕਾਫੀ ਧੁੰਦ ਪਈ ਹੋਈ ਸੀਗੀ, ਉਹ ਹੌਲੀ ਹੌਲੀ ਘੱਟ ਚੁੱਕੀ ਸੀਗੀ, ਔਰ ਹੁਣ ਜਿਹੜੀ ਹੈ ਜਿਸ ਤਰੀਕੇ ਨਾਲ ਦਿਨ ਚੜ੍ਹਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਉਸ ਤਰੀਕੇ ਨਾਲ ਧੁੰਦ ਵੀ ਜਿਹੜੀ ਹੈ ਵੱਧਦੀ ਹੋਈ ਜਿਹੜੀ ਜਸਮੀਤ ਨਜ਼ਰ ਆ ਰਹੀ ਹੈਗੀ ਹੈ। ਠੀਕ ਹੈ ਰਾਜੇਸ਼ ਸਾਡੇ ਨਾਲ ਜੁੜੇ ਹੋਏ ਨੇ, ਰਾਜੇਸ਼ ਦਾ ਵੀ ਰੁਕ ਕਰ ਲੈਣਾ। ਰਾਜੇਸ਼, ਇਸ ਵਕਤ ਦੇ ਮਾਫ ਕਰਨਾ ਟੈਂਪਰੇਚਰ ਦੀ ਗੱਲ ਕਰ ਲਈਏ ਤਾਂ ਟੈਂਪਰੇਚਰ ਇਸ ਵਕਤ ਕਿੰਨਾ ਕੁ ਹੈ, ਔਰ ਮੌਸਮ ਵਿਭਾਗ ਦੇ ਮੁਤਾਬਕ ਇਹ ਟੈਂਪਰੇਚਰ ਅਗਲੇ ਇੱਕ ਹਫ਼ਤੇ ਦੌਰਾਨ ਕਿੰਨਾ ਕੁ ਹੋਰ ਡਾਊਨ ਜਾ ਸਕਦਾ ਹੈ? ਦੇਖੋ ਜਸਮੀਤ, ਟੈਂਪਰੇਚਰ ਜਿਹੜਾ ਇਸ ਟਾਈਮ ਹੈਗਾ 5 ਤੋਂ 6 ਡਿਗਰੀ ਦੇ ਵਿੱਚ ਹੈਗਾ, ਔਰ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਸੀਗਾ ਕਿ ਧੁੰਦ ਨੂੰ ਲੈ ਕੇ ਵੀ ਉਹ ਠੰਡ ਜਿਹੜੀ ਹੈ ਵਧੇਗੀ, ਠੰਡ ਦਾ ਜਿਹੜਾ ਟੈਂਪਰੇਚਰ ਹੈ ਲਗਾਤਾਰ ਡਾਊਨ ਹੋਏਗਾ, ਕਿਉਂਕਿ 5 ਦਿਨ ਤੱਕ ਦਾ ਜਿਹੜਾ ਯੈਲੋ ਅਲਰਟ ਅਲਾਊ ਕੀਤਾ ਹੋਇਆ ਕਿ ਠੰਡ ਇਹਨਾਂ ਦਿਨਾਂ ਜਿਹੜੀ ਹੈ ਵਧੇਗੀ, ਜਿਹੜੀ ਹੱਦ ਚੀਰ ਵੀ ਠੰਡ ਹੈ
ਉਹ ਆਏਗੀ ਕਿਉਂਕਿ ਟੈਂਪਰੇਚਰ ਡਾਊਨ ਰਹੇਗਾ। ਕੱਲ ਦੀ ਗੱਲ ਕੀਤੀ ਜਾਵੇ, ਕੱਲ ਧੁੱਪ ਵੀ ਨਿਕਲੀ ਸੀ ਲੇਕਿਨ ਹਵਾਵਾਂ ਇੰਨੀਆਂ ਤੇਜ਼ ਸੀਗੇ ਕਿ ਠੰਡ ਮਹਿਸੂਸ ਹੋ ਰਹੀ ਸੀ, ਬਹੁਤ ਜ਼ਿਆਦਾ ਹੋ ਰਹੀ ਸੀ। ਜਿਵੇਂ ਜਿਵੇਂ ਸੂਰਜ ਢਲਦਾ ਗਿਆ ਸ਼ਾਮ ਨੂੰ ਠੰਡ ਵੱਧਦੀ ਗਈ। ਹੁਣ ਵੀ ਇਸ ਟਾਈਮ ਟੈਂਪਰੇਚਰ ਜਿਹੜਾ ਹੈ 5 ਡਿਗਰੀ ਦੇ ਆਸ ਪਾਸ ਜਿਹੜਾ ਨਜ਼ਰ ਆ ਰਿਹਾ, ਔਰ ਜਿਹੜਾ 5 ਦਿਨ ਦਾ ਯੈਲੋ ਅਲਰਟ ਕੀਤਾ ਕਿ ਇਹਨਾਂ ਦਿਨਾਂ 'ਚ ਧੁੰਦ ਘੱਟ ਸਕਦੀ ਹੈ ਲੇਕਿਨ ਠੰਡ ਦੇ ਵਿੱਚ ਜਿਹੜਾ ਵਾਧਾ ਹੋਏਗਾ, ਇਹ ਜਿਹੜਾ ਹੈ ਮੌਸਮ ਵਿਭਾਗ ਨੇ ਜਿਹੜਾ ਹੈ ਚੇਤਾਵਨੀ ਜਾਰੀ ਕੀਤੀ ਸੀਗੀ। ਧੁੰਦ ਵਿੱਚ ਸ਼ਾਇਦ ਘਾਟਾ ਹੋ ਜਾਏ ਕਿਉਂਕਿ ਦੇਖਣ 'ਚ ਲੱਗ ਰਿਹਾ ਕਿ ਫਿਰੋਜ਼ਪੁਰ ਦਾ ਏਰੀਆ ਹੈਗਾ ਤਾਂ ਦਰਿਆਈ ਇਲਾਕਾ ਹੈ, ਔਰ ਦਰਿਆਈ ਇਲਾਕਾ ਧੁੰਦ ਇੱਥੇ ਬਹੁਤ ਹੁੰਦੀ ਹੈ। ਲੇਕਿਨ ਜਿਹੜੀ ਹੈ ਹੁਣ ਧੁੰਦ ਦੇ ਵਿੱਚ ਜਿਹੜੀ ਅੱਜ ਦੇਖਣ ਨੂੰ ਆਇਆ ਕਿ ਰਾਤ ਤੱਕ ਜਿਹੜੀ ਧੁੰਦ ਕਾਫੀ ਸੰਘਣੀ ਸੀਗੀ, ਹੁਣ ਇਸ ਟਾਈਮ ਮੌਸਮ ਸਾਫ਼ ਨਜ਼ਰ ਆ ਰਿਹਾ ਲੇਕਿਨ ਠੰਡ ਦੇ ਵਿੱਚ ਇਜ਼ਾਫਾ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ। ਜੀ ਠੀਕ ਹੈ ਜੀ ਜੀ ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ। ਵਿਮਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤਮਾਮ ਤਸਵੀਰਾਂ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ। ਤਾਂ ਅਸੀਂ ਫਿਰੋਜ਼ਪੁਰ ਅਤੇ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ।